ਜੀ ਜੇ ਅਸੀਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 22.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 0.5 ਡਿਗਰੀ ਸੈਂਟੀਗ੍ਰੇਡ ਉੱਪਰ ਓਬਜ਼ਰਵ ਕੀਤਾ, ਔਰ ਅੱਜ ਦਾ ਮਿਨੀਮਮ ਟੈਂਪਰੇਚਰ 6.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 8.8 ਡਿਗਰੀ ਸੈਂਟੀਗ੍ਰੇਡ ਹੈ। ਸੋ ਲਗਭਗ 2 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨੋਰਮਲ ਤੋਂ ਨੀਚੇ ਓਬਜ਼ਰਵ ਕੀਤਾ ਗਿਆ। ਔਰ ਜੇ ਅਸੀਂ ਦੇਖੀਏ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਹੈਗੀਆਂ ਨੇ, ਕਿਉਂਕਿ ਜਿਵੇਂ 3-4 ਦਿਨ ਪਹਿਲਾਂ ਜਦੋਂ WD ਸਿਸਟਮ ਦਾ ਇਫੈਕਟ ਸੀ ਤਾਂ ਜਿਹੜਾ ਮਿਨੀਮਮ ਟੈਂਪਰੇਚਰ 16 ਡਿਗਰੀ ਦੇ ਅਰਾਊਂਡ ਚਲਿਆ ਗਿਆ ਸੀਗਾ, ਬਟ ਅੱਜ ਇਹ 6.8 ਡਿਗਰੀ ਸੈਂਟੀਗ੍ਰੇਡ ਹੈ। ਸੋ ਕਾਫੀ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀਆਂ ਨੇ, ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਤਾਂ 2-3 ਦਿਨ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ, ਔਰ ਉਹਦੇ ਤੋਂ ਬਾਅਦ ਇੱਕ WD ਸਿਸਟਮ ਦਾ ਥੋੜ੍ਹਾ ਇਫੈਕਟ ਹੈ, ਉਹਦੇ ਨਾਲ ਜਿਹੜਾ ਨੌਰਥ ਈਸਟ ਡਿਸਟ੍ਰਿਕਟਸ ਨੇ ਜਿਵੇਂ ਪਠਾਨਕੋਟ, ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ, ਰੂਪਨਗਰ, ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ, ਬਟ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੀਡਿਕਸ਼ਨ ਹੈ। ਮੈਡਮ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੌਸਮ ਦੇ ਵਿੱਚ ਵੱਡਾ ਬਦਲਾਵ ਆ ਰਿਹਾ, ਪਰ ਲੱਗਦਾ ਕਿ ਇਹਦੇ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ, ਲੋਕ ਡਾਕਟਰ ਕੋਲ ਜ਼ਿਆਦਾ ਜਾ ਰਹੇ ਨੇ ਜੀ, ਕਹਿੰਦੇ ਨੇ ਕਿ ਵੱਡੀਆਂ ਵਾਇਰਲ ਵਗੈਰਾ ਹੋ ਰਹੇ ਨੇ। ਜੀ ਬਿਲਕੁਲ ਜੀ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਆ, ਜਿਵੇਂ 3-4 ਦਿਨ ਪਹਿਲਾਂ ਹੀ ਜਿਹੜਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਸੀ, ਬਟ ਅੱਜ 6.8 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਵੇਰੀਏਸ਼ਨਸ ਮੌਸਮ ਦੇ ਵਿੱਚ ਕਾਫੀ ਆ ਰਹੀਆਂ ਨੇ, ਸੋ ਉਹਦੇ ਕਰਕੇ ਕਿਉਂਕਿ ਬੋਡੀ ਨੂੰ ਰਿਸਪੋਂਡ ਕਰਨ ਲਈ, ਇਕਲਾਈਮੇਟਾਈਜ਼ ਕਰਨ ਲਈ ਥੋੜ੍ਹਾ ਟਾਈਮ ਚਾਹੀਦਾ ਹੁੰਦਾ, ਸੋ ਉਹਦੇ ਕਰਕੇ ਜਿਹੜੇ ਹੈਲਥ ਇਸ਼ੂਜ਼ ਇਹ ਜਿਹੜੀਆਂ ਵੇਰੀਏਸ਼ਨਸ ਕਰਕੇ ਕਾਫੀ ਜ਼ਿਆਦਾ ਆ ਰਹੇ ਨੇ। ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕਲੋਥਿੰਗ ਉਹ ਪ੍ਰੋਪਰ ਕਰਨ ਤਾਂ ਕਿ ਕੋਈ ਨੁਕਸਾਨ ਨਾ ਹੋਵੇ। ਜੀ ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨੋਰਮਲ ਚੱਲ ਰਹੀਆਂ ਨੇ, ਜਿਹੜਾ ਮੈਕਸੀਮਮ ਟੈਂਪਰੇਚਰ ਉਹ ਵੀ ਨੀਅਰ ਨੋਰਮਲ ਚੱਲ ਰਿਹਾ, ਮਿਨੀਮਮ ਥੋੜ੍ਹਾ ਨੋਰਮਲ ਤੋਂ ਨੀਚੇ ਚੱਲ ਰਿਹਾ। ਸੋ ਇਹ ਨੋਰਮਲ ਵੈਦਰ ਕੰਡੀਸ਼ਨਸ ਨੇ ਔਰ ਇਹ ਫਸਲਾਂ ਵਾਸਤੇ ਅਨੁਕੂਲ ਜਿਹੜੀਆਂ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ। ਜੀ ਜੇ ਅਸੀਂ ਪ੍ਰੀਵੇਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਜੋ ਡੇ ਟਾਈਮ ਟੈਂਪਰੇਚਰ 22.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ 0.5 ਡਿਗਰੀ ਸੈਂਟੀਗ੍ਰੇਡ ਉੱਪਰ ਓਬਜ਼ਰਵ ਕੀਤਾ, ਔਰ ਅੱਜ ਦਾ ਮਿਨੀਮਮ ਟੈਂਪਰੇਚਰ 6.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 8.8 ਡਿਗਰੀ ਸੈਂਟੀਗ੍ਰੇਡ ਹੈ। ਸੋ ਲਗਭਗ 2 ਡਿਗਰੀ ਸੈਂਟੀਗ੍ਰੇਡ ਜਿਹੜਾ ਹੈ ਨੋਰਮਲ ਤੋਂ ਨੀਚੇ ਓਬਜ਼ਰਵ ਕੀਤਾ ਗਿਆ। ਔਰ ਜੇ ਅਸੀਂ ਦੇਖੀਏ ਕਿ ਜਿਹੜੀਆਂ ਵੈਦਰ ਕੰਡੀਸ਼ਨਸ ਕਾਫੀ ਵੇਰੀਏਬਲ ਚੱਲ ਰਹੀਆਂ ਹੈਗੀਆਂ ਨੇ, ਕਿਉਂਕਿ ਜਿਵੇਂ 3-4 ਦਿਨ ਪਹਿਲਾਂ ਜਦੋਂ WD ਸਿਸਟਮ ਦਾ ਇਫੈਕਟ ਸੀ ਤਾਂ ਜਿਹੜਾ ਮਿਨੀਮਮ ਟੈਂਪਰੇਚਰ 16 ਡਿਗਰੀ ਦੇ ਅਰਾਊਂਡ ਚਲਿਆ ਗਿਆ ਸੀਗਾ, ਬਟ ਅੱਜ ਇਹ 6.8 ਡਿਗਰੀ ਸੈਂਟੀਗ੍ਰੇਡ ਹੈ। ਸੋ ਕਾਫੀ ਜਿਹੜੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਹੀਆਂ ਨੇ, ਔਰ ਆਉਣ ਵਾਲੇ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਫਿਲਹਾਲ ਤਾਂ 2-3 ਦਿਨ ਜਿਹੜੀਆਂ ਕਲੀਅਰ ਵੈਦਰ ਕੰਡੀਸ਼ਨਸ ਨੇ, ਔਰ ਉਹਦੇ ਤੋਂ ਬਾਅਦ ਇੱਕ WD ਸਿਸਟਮ ਦਾ ਥੋੜ੍ਹਾ ਇਫੈਕਟ ਹੈ, ਉਹਦੇ ਨਾਲ ਜਿਹੜਾ ਨੌਰਥ ਈਸਟ ਡਿਸਟ੍ਰਿਕਟਸ ਨੇ ਜਿਵੇਂ ਪਠਾਨਕੋਟ, ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵਗੈਰਾ, ਰੂਪਨਗਰ, ਉਹਨਾਂ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ, ਬਟ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੀਡਿਕਸ਼ਨ ਹੈ। ਮੈਡਮ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਮੌਸਮ ਦੇ ਵਿੱਚ ਵੱਡਾ ਬਦਲਾਵ ਆ ਰਿਹਾ, ਪਰ ਲੱਗਦਾ ਕਿ ਇਹਦੇ ਨਾਲ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ, ਲੋਕ ਡਾਕਟਰ ਕੋਲ ਜ਼ਿਆਦਾ ਜਾ ਰਹੇ ਨੇ ਜੀ, ਕਹਿੰਦੇ ਨੇ ਕਿ ਵੱਡੀਆਂ ਵਾਇਰਲ ਵਗੈਰਾ ਹੋ ਰਹੇ ਨੇ। ਜੀ ਬਿਲਕੁਲ ਜੀ, ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੀ ਵੇਰੀਏਬਿਲਿਟੀ ਕਾਫੀ ਜ਼ਿਆਦਾ ਹੈਗੀ ਆ, ਜਿਵੇਂ 3-4 ਦਿਨ ਪਹਿਲਾਂ ਹੀ ਜਿਹੜਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਸੀ, ਬਟ ਅੱਜ 6.8 ਡਿਗਰੀ ਸੈਂਟੀਗ੍ਰੇਡ ਹੈ। ਸੋ ਇਹ ਵੇਰੀਏਸ਼ਨਸ ਮੌਸਮ ਦੇ ਵਿੱਚ ਕਾਫੀ ਆ ਰਹੀਆਂ ਨੇ, ਸੋ ਉਹਦੇ ਕਰਕੇ ਕਿਉਂਕਿ ਬੋਡੀ ਨੂੰ ਰਿਸਪੋਂਡ ਕਰਨ ਲਈ, ਇਕਲਾਈਮੇਟਾਈਜ਼ ਕਰਨ ਲਈ ਥੋੜ੍ਹਾ ਟਾਈਮ ਚਾਹੀਦਾ ਹੁੰਦਾ, ਸੋ ਉਹਦੇ ਕਰਕੇ ਜਿਹੜੇ ਹੈਲਥ ਇਸ਼ੂਜ਼ ਇਹ ਜਿਹੜੀਆਂ ਵੇਰੀਏਸ਼ਨਸ ਕਰਕੇ ਕਾਫੀ ਜ਼ਿਆਦਾ ਆ ਰਹੇ ਨੇ। ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਉਹਨਾਂ ਦੀ ਕਲੋਥਿੰਗ ਉਹ ਪ੍ਰੋਪਰ ਕਰਨ ਤਾਂ ਕਿ ਕੋਈ ਨੁਕਸਾਨ ਨਾ ਹੋਵੇ। ਕੋਈ ਰਿਕਾਰਡ ਵਗੈਰਾ ਵੀ ਦਰਜ ਕੀਤਾ ਗਿਆ ਜਾਂ ਕੋਈ ਲੱਗਦਾ ਕਿਸਾਨਾਂ ਨੂੰ ਇਸ ਦੇ ਨਾਲ ਕੁਛ
ਜੀ ਹੁਣ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨੋਰਮਲ ਚੱਲ ਰਹੀਆਂ ਨੇ, ਜਿਹੜਾ ਮੈਕਸੀਮਮ ਟੈਂਪਰੇਚਰ ਉਹ ਵੀ ਨੀਅਰ ਨੋਰਮਲ ਚੱਲ ਰਿਹਾ, ਮਿਨੀਮਮ ਥੋੜ੍ਹਾ ਨੋਰਮਲ ਤੋਂ ਨੀਚੇ ਚੱਲ ਰਿਹਾ। ਸੋ ਇਹ ਨੋਰਮਲ ਵੈਦਰ ਕੰਡੀਸ਼ਨਸ ਨੇ ਔਰ ਇਹ ਫਸਲਾਂ ਵਾਸਤੇ ਅਨੁਕੂਲ ਜਿਹੜੀਆਂ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ।